ਕੋਈ ਫਨੀ ਮੂਮੈਂਟ ਰਿਹਾ ਹੋਵੇ ਤੁਹਾਡੇ ਲਾਈਵ ਸ਼ੋਅ ਦੇ ਵਿੱਚ? ਫਨੀ ਮੂਮੈਂਟ ਐਦਾਂ ਕਿ ਕਾਫੀ ਆਪਾਂ ਦੇਖੇ ਮੇਲੇ ਦੇ ਵਿੱਚ ਬੱਚੇ ਗਵਾਚ ਜਾਂਦੇ ਹੁੰਦੇ ਆ। ਓਕੇ। ਤੇ ਇਸ ਵਾਰ ਸਾਡੇ ਸ਼ੋਅ ਦੇ ਵਿੱਚ ਐਦਾਂ ਹੋਇਆ ਕਿ ਬੱਚਾ ਤਾਂ ਸਾਡੇ ਕੋਲ ਸੀ, ਉਹਦੇ ਮੰਮੀ ਡੈਡੀ ਨਹੀਂ ਸੀਗੇ। ਓਕੇ। ਬੱਚੇ ਨੇ ਸਾਨੂੰ ਸਟੇਜ ਤੇ ਆ ਕੇ ਇਹ ਨਹੀਂ ਕਿਹਾ ਕਿ ਮੈਂ ਗਵਾਚ ਗਿਆ, ਕਹਿੰਦਾ ਜੀ ਮੇਰੀ ਮੰਮੀ ਗਵਾਚ ਗਈ ਆ। ਓਕੇ। ਤੇ ਮੈਂ ਜਦੋਂ ਸਟੇਜ ਤੇ ਬੋਲੀ, ਮੈਂ ਕਿਹਾ ਇਹਦੇ ਮੰਮਾ ਦੱਸੋ ਕਿੱਥੇ ਆ। ਨੀਚੇ ਇੱਕ ਅੰਕਲ ਖੜੇ ਸੀ, ਮੈਨੂੰ ਲੱਗਾ ਸ਼ਾਇਦ ਉਹਦੇ ਡੈਡੀ। ਮੈਂ ਕਿਹਾ ਤੁਸੀਂ ਡੈਡੀ ਆ? ਕਹਿੰਦੇ ਨਹੀਂ, ਮੈਂ ਤੈਨੂੰ ਚੱਕ ਕੇ ਲਿਆਂਦਾ ਵਾ ਦੱਸਣ ਵਾਸਤੇ। ਅੱਛਾ। ਤੇ ਉਹ ਸਾਰੇ ਕਹਿੰਦੇ ਕਹਿੰਦੇ ਨਹੀਂ ਇਹਦੇ ਬੱਚੇ ਦੀ ਮੰਮੀ। ਤੇ ਜਦੋਂ ਉਹਦੀ ਮੰਮੀ ਆਏ ਤੇ ਵਿਚਾਰੇ ਦਾ ਰੋ ਰੋ ਕੇ ਨੱਕ ਵਗਣ ਲੱਗ ਗਿਆ ਸੀਗਾ, ਬੱਚੇ ਦਾ। ਤੇ ਆਂਟੀ ਉਹਨੂੰ ਕਹੀ ਜਾ ਰਹੀ ਚੁੱਪ ਕਰ ਜਾ, ਉਹਦੇ ਹੰਝੂ ਹੀ ਪੂੰਝੀ ਜਾ ਰਹੇ। ਆਂਟੀ ਉਹਦੇ ਹੰਝੂ ਪੂੰਝੀ ਜਾ ਰਹੇ, ਜਿਹੜੇ ਉਹਦੇ ਮੰਮੀ ਉਹਦੇ ਹੰਝੂ ਹੀ ਪੂੰਝੀ ਜਾ ਰਹੇ। ਮੈਂ ਕਿਹਾ ਇਹਨੂੰ ਅੱਖਾਂ ਨੂੰ ਛੱਡੋ, ਨੱਕ ਪੂੰਝੋ, ਮੂੰਹ ਚ ਹੀ ਨਾ ਪੈ ਜਾਵੇ ਕਿਤੇ।